ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣ ਲਾ, ਮੇਰੀ ਸਾਰੀਆਂ ਗੱਡੀਆਂ ਨੂੰ ਜਾਲੀਆਂ ਲੱਗੀਆਂ, ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ। ਡਿਊਟੀ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਦੇ ਨਾਲ ਬਹਿਸਬਾਜ਼ੀ ਕੀਤੀ ਗਈ ਤੇ ਮਾੜੀ ਸ਼ਬਦਾਵਲੀ ਵਰਤੀ ਗਈ ਸੀ, ਜਿਸ ਤੇ ਹੁਣ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਤਾਂ ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ 16 ਅਗਸਤ ਨੂੰ ਇੱਕ ਥਾਰ ਤੇ ਜਾ ਰਿਹਾ ਪੁਲਿਸ ਮੁਲਾਜ਼ਮ ਜੋ ਕਿ ਵਰਦੀ ਦੇ ਵਿੱਚ ਨਹੀਂ ਸੀ, ਤਾਂ ਉਸਦੇ ਵੱਲੋਂ ਆਪਣੀ ਗੱਡੀ ਤੇ ਕਾਲੀਆਂ ਜਾਲੀਆਂ ਲਗਾ ਰੱਖੀਆਂ ਸੀ। ਤਾਂ ਡਿਊਟੀ ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨੇ ਜਦ ਉਸਦੀ ਗੱਡੀ ਰੋਕ ਕੇ ਜਾਲੀਆਂ ਉਤਾਰਨ ਦੇ ਲਈ ਕਿਹਾ, ਤਾਂ ਅੱਗੋਂ ਉਹ ਬਹਿਸਬਾਜ਼ੀ ਕਰਦਾ ਹੈ ਤੇ ਕਹਿੰਦਾ ਕਿ ਮੈਂ ਨਹੀਂ ਉਤਾਰਨੀਆਂ, ਨਾ ਤੁਸੀਂ ਉਤਰਵਾ ਸਕਦੇ ਹੋ। ਜਿਸ ਦੀ ਇਹ ਵੀਡੀਓ ਬਣ ਗਈ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ। ਤਾਂ ਹੁਣ ਇਸ ਮੁਲਾਜ਼ਮ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਇਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਤਾਂ ਤੁਸੀਂ ਵੀ ਸੁਣੋ ਇਹ ਵੀਡੀਓ, ਜਿਸ ਦੇ ਵਿੱਚ ਇਸ ਮੁਲਾਜ਼ਮ ਦੇ ਵੱਲੋਂ ਬਹਿਸਬਾਜ਼ੀ ਕੀਤੀ ਗਈ ਹੈ। ਇਹ ਜੋ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸਾਡੇ ਕਮਰਿਆਂ ਦੇ ਵਿੱਚ ਇੱਕ ਪੁਲਿਸ ਪਾਰਟੀ ਦੇ ਨਾਲ ਬਹਿਸਦਾ ਨਜ਼ਰ ਆ ਰਿਹਾ। ਇਸ ਸੰਬੰਧੀ ਮੁੱਢਲੀ ਪੜਤਾਲ ਕੀਤੀ ਗਈ। ਇਹ ਘਟਨਾ 16 ਅਗਸਤ ਦੀ ਹੈ, ਜਿਸ ਦੇ ਵਿੱਚ ਕਾਂਸਟੇਬਲ ਸੁਖਕਰਮਨ ਜੋ ਕਿ ਅੰਮ੍ਰਿਤਸਰ ਪੁਲਿਸ ਦੇ ਵਿੱਚ ਤੈਨਾਤ ਹੈ, ਵੱਲੋਂ ਮਾੜੀ ਸ਼ਬਦਾਵਲੀ ਅਤੇ ਬਹਿਸਬਾਜ਼ੀ ਕੀਤੀ ਗਈ ਹੈ। ਫੌਰੀ ਤੌਰ 'ਤੇ ਇਸ ਮੁਲਾਜ਼ਮ ਨੂੰ ਸਸਪੈਂਡ ਕਰਕੇ ਇਸ ਦੇ ਖਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਭਵਿੱਖ 'ਚ ਵੀ ਕਿਸੇ ਵੀ ਵੱਲੋਂ ਜੋ ਕਿ ਡਿਸਿਪਲਿਨ ਫੋਰਸਿਸ ਦੇ ਵਿੱਚ ਹੈ ਅਤੇ ਅਨੁਸ਼ਾਸਨ ਨੂੰ ਭੰਗ ਕੀਤਾ ਜਾਂਦਾ, ਉਸਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੇਰੀਆਂ ਮੈਂ ਸਾਲਟ ਪਈ ਮੇਰੇ ਤੇ ਪਵਾ ਦੇ।
ਚੰਗੀ ਬੋਲੀ ਬੋਲੇ ਫਿਰ ਕੀ ਚੰਗਾ ਕੀ ਕਰੋ ਭਰਾ ਮੇਰਾ ਭਾਜੀ ਸਾਈਡ ਤੇ ਕਰਨਾ ਮੈਂ ਚੈੱਕ ਕਰਦਾ ਵੀ ਚੈੱਕ ਮਿੰਟ ਮੇਰੀ ਗੱਲ ਹਾਂਜੀ ਦੱਸੋ ਤੂੰ ਆਪਣੀ ਜਗ੍ਹਾ ਲੱਗੇ ਜਿਹੜੀ ਮੇਰੀ ਡਿਊਟੀ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਜੇ ਮੈਨੂੰ ਲੱਗੂ ਮੈਂ ਕਰੂੰਗਾ ਤੇ ਮੈਂ ਵੀ ਠਾਣੇ ਕੱਟੇ ਆ ਮੈਂ ਸਿੱਧਾ ਨਹੀਂ ਇੱਥੇ ਆ ਗਿਆ ਮੈਂ ਲਾਉਣੀ ਆ ਜਿਹੜੀ ਇਨਫੋਰਮੇਸ਼ਨ ਮਿਲਦੀ ਉਹ ਅਸੀਂ ਆਪਣੀ ਡਿਊਟੀ ਕਰਾਂਗੇ ਆਪਰੇਸ਼ਨ ਕਰਦੇ ਸਾਡੇ ਸਾਨ ਕਰਦੇ ਤੁਸੀਂ ਡਿਊਟੀ ਕਰਦੇ ਬਕਵਾਸ ਥੋੜੀ ਜਿਹੀ ਕੀ ਬਕਵਾਸ ਵਾਲੀ ਕੀ ਗੱਲ ਆ ਕੀ ਬਕਵਾਸ ਵਾਲੀ ਕੀ ਗੱਲ ਆ ਕਹਤਾ ਫਿਰ ਮੈਂ ਡਿਪਟੀ ਸਾਹਿਬ ਨਾਲ ਨਾਲ ਫੋਨ ਜੀ ਨਾਲ 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 ਨੂੰ ਵਡਾਇਆ ਕਿ ਮੈਂ ਕਰਨ ਵਾਲਾ ਬਕਵਾਸ ਵਾਲੀ ਕੀ ਗੱਲ ਆ ਬਕਵਾਸ ਸਾਨ ਕਰਦੇ ਆ ਬਕਵਾਸ ਵਾਲਾ ਕੀ ਗੱਲ ਆ ਮੈਂ ਬਕਵਾਸ ਕਰਿਆ ਨੂੰ ਸਾਨ ਬਕਵਾਸ ਵਾਲੀ ਕੀ ਗੱਲ ਆ ਸਾਨ ਕਰਦੇ ਆ ਡਿਊਟੀ ਆਪਣੀ ਕਰਦੇ ਮੈਂ ਸਾਨ ਕਰਦੇ ਮੈਂ ਮਹਿਕਮੇ ਸਾਨ ਕਰਦੇ ਮੈਂ ਮਹਿਕਮੇ ਸਾਹਿਬ ਕਰਦੇ ਸਾਹਿਬ ਨਾ ਬੋਲ ਕੋਈ ਚੱਕਰ ਨਹੀਂ ਲਾੜੂ ਜੀ ਨੂੰ ਫੋਨ ਲਾਉਣਾ ਲਾਓ ਤੁਸੀਂ ਹੈਲੋ ਲਾਓ ਡਿਪਟੀ ਸਾਹਿਬ ਨੂੰ ਫੋਨ ਲਾਓ ਹੈਲੋ ਹਾਂਜੀ ਸਰ ਕੋਈ ਚੱਕਰ ਨੀ ਵੀਡੀਓ ਬਣੀ ਮੇਰੀ ਗੱਲ ਕਰਾ ਰੁਕ ਜਾਏ ਬਣਾਈ ਜਾਂਦੇ ਇੱਕ ਤੁਹਾਨੂੰ ਆਖਣੇ ਗੱਡੀ ਸਾਈਡ ਤੇ ਕਰ ਪਹਿਲਾਂ ਬੋਲਣ ਦੀ ਤੇ ਜਾਂਚ ਚੱਲ ਰਹੀ ਮੈਨੂੰ ਕਹਿੰਦਾ ਤੂੰ ਉਦੋਂ ਵੀ ਨੋਵਾ ਤੇ ਜਾਣੀਆਂ ਨਹੀਂ ਲਾ ਸਾਈਡ ਤੇ ਤਮਾਸ਼ਾ ਲਾਇਆ ਵਾਧੂ ਦਾ ਮੁਲਾਜ਼ਮ ਹੋ ਕੇ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦਿੱਤੀ ਕਿੰਨੀ ਇੱਜ਼ਤ ਦਿੰਦੇ ਤੁਸੀਂ ਕਿੰਨੀ ਇੱਜ਼ਤ ਦਿੰਦੇ ਅਗਲੇ ਨੂੰ ਠੀਕ ਆ ਠੀਕ ਆ ਸਾਨੂੰ ਪਤਾ ਕਿੰਨੇ ਕਿੱਦਾਂ ਬੋਲਣਾ ਕਿੰਨੇ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੀ ਆ ਰਿਕਾਰਡਿੰਗ ਦੇ ਹਾਂ ਠੀਕ ਆ ਇਹਦਾ ਮਤਲਬ ਆਹ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾੜੀਆਂ ਲਾਉਣ ਲਈ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਉੱਤੋਂ ਤੁਸੀਂ ਕਹਿਣ ਦੇ ਵਿੱਚ AK-47 ਰੱਖੀ ਆ ਆਕੜਨ ਜਿਦਾਂ ਪਤਾ ਨੀ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਗੇ।